ਪੁਲਿਸ ਨੂੰ ਅਸੀਂ ਬੜੀ ਵਾਰ ਇਹ ਕਹਿ ਚੁੱਕੇ ਹਾਂ ਵੀ ਅਸੀਂ ਕਿਸੇ ਤਰੀਕੇ ਦੇ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ, ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰੀਕੇ ਨਾਲ ਇਕੱਲਿਆਂ ਇਕੱਲਿਆਂ ਕਰਕੇ ਚੁੱਕਣਾ ਹੈ ਤਾਂ ਫਿਰ ਆਪਾਂ ਇੱਕ ਵਾਰੀ ਵੇਖ ਹੀ ਲਈਏ ਇਕੱਠੇ ਹੋ ਕੇ ਵੀ ਕੀ ਕਿਹੜੇ ਭਾਅ ਵੇਖਦੀ ਹੈ, ਕਿਉਂਕਿ ਭਾਈ ਦੇ ਅਨੁਮਾਨ ਇੱਕੋ ਜਿਹੇ ਹੁੰਦੇ ਆ। ਮੈਨੂੰ ਮਾਰਨ ਦੀਆਂ ਧਮਕੀਆਂ, ਟੱਬਰ ਨੂੰ ਮਾਰਨ ਦੀਆਂ ਧਮਕੀਆਂ ਵੀ ਤੂੰ ਸਾਡੇ ਖਿਲਾਫ਼ ਜਿਹੜੀਆਂ ਪੋਸਟਾਂ ਪਾਉਂਦਾ, ਤੇਰੇ ਪਰਿਵਾਰ ਨੂੰ ਮਾਰੂੰਗੇ, ਅਸੀਂ ਤੈਨੂੰ ਵੀ ਮਾਰੂੰਗੇ। ਕੇਸ ਰਜਿਸਟਰਡ ਕਰ ਦਿੱਤਾ ਜਿਹਨਾਂ ਦਾ ਵੀ ਉਹਨਾਂ ਨੇ ਬਿਆਨ ਲਿਖਾਇਆ, ਅੰਮ੍ਰਿਤਪਾਲ ਸਿੰਘ ਵਗੈਰਾ ਦੇ 5-6 ਬਾਈਨੇਮ ਹੋਰ ਹੈਗੇ ਨੇ ਤੇ ਇਸ ਤੋਂ ਇਲਾਵਾ 20-25 ਬੰਦੇ ਜਿਹੜੇ ਅਨਨੋਨ ਸੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਖਿਲਾਫ਼ ਮਾਮਲਾ ਦਰਜ ਹੋਣ ਮਗਰੋਂ ਉਹਨਾਂ ਇਹ ਦਾਅਵਾ ਕੀਤਾ ਕਿ ਉਹਨਾਂ ਦੇ ਕੁਝ ਸਾਥੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। 16 ਫਰਵਰੀ ਨੂੰ ਅੰਮ੍ਰਿਤਪਾਲ ਅਤੇ ਉਹਨਾਂ ਦੇ ਕੁਝ ਸਾਥੀਆਂ ਖਿਲਾਫ਼ ਅਜਨਾਲਾ ਦੀ ਪੁਲਿਸ ਨੇ ਕੁੱਟਮਾਰ ਅਤੇ ਲੁੱਟ ਖੋਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਇਹ ਕੇਸ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਾਸੀ ਵਰਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਸੀ। ਵਰਿੰਦਰ ਸਿੰਘ ਆਪਣੇ ਨਾਲ ਵਾਪਰੀ ਘਟਨਾ ਦਾ ਪੂਰਾ ਵਾਕਿਆ ਬਿਆਨ ਕਰਦੇ ਹਨ। ਜੰਡਿਆਲਾ ਗੁਰੂ ਤੋਂ ਮੈਨੂੰ ਕਿਸੇ ਕੋਈ ਅਣਪਛਾਤੀ ਮੋਟਰ 'ਤੇ ਲੈ ਗਏ। ਉੱਥੇ ਗਾਹਾਂ ਮੋਟਰ 'ਤੇ ਜਾਂਦੀ ਸਾਰੇ ਅੰਮ੍ਰਿਤਪਾਲ ਸਿੰਘ ਖੜ੍ਹੇ ਸੀਗੇ। 5-6 ਗੱਡੀਆਂ ਸੀਗੀਆਂ ਜੀ, 25-30 ਦੇ ਕਰੀਬ ਸਿੰਘ ਸੀਗੇ, ਹੋਰ ਬੰਦੇ ਜਿਹੜੇ ਇਹਨਾਂ ਦੇ ਨਾਲ ਖੜ੍ਹੇ ਸੀਗੇ ਜੀ। ਮੈਨੂੰ ਕਹਿੰਦੇ ਵੀ ਤੂੰ ਵਰਿੰਦਰ ਸਿੰਘ ਆ? ਮੈਂ ਕਿਹਾ ਹਾਂਜੀ। ਅਤੇ ਬਸ ਇੰਨੀ ਕੁ ਗੱਲ ਹੋਈ ਆ, ਐਂ ਬਸ ਸਿਰੇ ਸਿਰ ਕੁੱਟਤਾ ਅਤੇ ਮੂੰਹ 'ਤੇ ਬਹੁਤ ਜ਼ਿਆਦਾ ਮਾਰ ਕਟਾਈ ਕੀਤੀ। ਜਦ ਉਹਨਾਂ ਦੇ ਜਿਹੜੇ ਨਾਲ ਦੇ ਬੰਦੇ ਹੋਰ ਸੀਗੇ, ਮੈਨੂੰ ਮਾਰਨ ਦੀਆਂ ਧਮਕੀਆਂ, ਟੱਬਰ ਨੂੰ ਮਾਰਨ ਦੀਆਂ ਧਮਕੀਆਂ ਵੀ ਤੂੰ ਸਾਡੇ ਖਿਲਾਫ਼ ਜਿਹੜੀਆਂ ਪੋਸਟਾਂ ਪਾਉਂਦਾ, ਤੇਰੇ ਪਰਿਵਾਰ ਨੂੰ ਮਾਰੂੰਗੇ, ਅਸੀਂ ਤੈਨੂੰ ਵੀ ਮਾਰੂੰਗੇ। ਹਾਲਾਂਕਿ ਵਰਿੰਦਰ ਸਿੰਘ ਦੀ ਇੱਕ ਮਾਫ਼ੀ ਮੰਗਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਸੀ। ਮੈਂ ਜਿਹੜੀਆਂ ਫੇਸਬੁੱਕ 'ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਕੂੜ ਪ੍ਰਚਾਰ ਕਰਦਾ ਸੀਗਾ, ਆਪਣੇ ਕਿਸੇ ਵਿਰੋਧੀਆਂ ਦੀ ਚਾਲ ਵਿੱਚ ਆ ਕੇ ਜਾਂ ਆਪਣੇ ਮਨ ਦੇ ਮਗਰ ਲੱਗ ਕੇ, ਉਹ ਮੇਰੇ ਤੋਂ ਗਲਤੀ ਹੋਈ ਆ, ਮੈਂ ਉਹਦੀ ਸਾਰਿਆਂ ਤੋਂ ਮਾਫ਼ੀ ਮੰਗਦਾ ਜੀ। ਇਸ ਵੀਡੀਓ ਬਾਰੇ ਉਹ ਇਹ ਕਹਿੰਦੇ ਹਨ, ਅੰਤ ਨੂੰ ਮੈਨੂੰ ਜਦੋਂ 2-2.5 ਘੰਟੇ ਐਨ ਕਟਾਈ ਹੋਊਗੀ ਪੂਰੀ ਯਾਰ, ਸਰੀਰ ਨੇ ਜਮ੍ਹਾਂ ਹੀ ਐਨ ਜਵਾਬ ਦੇ ਤਾ ਜੀ। ਫਿਰ ਇਹਨਾਂ ਨੇ ਮੈਨੂੰ ਮਜਬੂਰੀ ਬਸ ਕਹਿੰਦੇ ਵੀ ਆਪਣੀ ਵੀਡੀਓ ਬਣਾ ਵੀ ਮੈਨੂੰ ਵਿਰੋਧੀ ਸਪੋਰਟ ਕਰਦੇ ਆ, ਅਤੇ ਹੁਣ ਇਹਨਾਂ ਨੇ ਮੇਰੇ ਫੋਨ ਸਾਰੇ ਉੱਥੇ ਰੱਖੇ ਹੋਏ ਸੀਗੇ ਜੀ, ਅਤੇ ਉਹ ਵੀਡੀਓ ਵੀ ਇਹਨਾਂ ਨੇ ਮੇਰੀ ਨੈੱਟ 'ਤੇ ਪਾਈ ਆ ਵੀ ਹਾਂ ਵੀ ਇਹਨੇ ਮਾਫ਼ੀ ਮੰਗੀ ਉਹ, ਜਦਕਿ ਮੈਨੂੰ ਮਜਬੂਰੀ ਵਿੱਚ ਚਲੋ ਬਣਾਉਣੀ ਪੈ ਗਈ। ਹਾਲਾਂਕਿ BBC ਇਹ ਪੁਸ਼ਟੀ ਨਹੀਂ ਕਰਦਾ ਕਿ ਕਿਹੜਾ ਵੀਡੀਓ ਪਹਿਲਾਂ ਬਣਿਆ ਅਤੇ ਕਿਹੜਾ ਬਾਅਦ ਵਿੱਚ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਕੇਸ ਰਜਿਸਟਰਡ ਕਰ ਦਿੱਤਾ ਜਿਹਨਾਂ ਦਾ ਵੀ ਉਹਨਾਂ ਨੇ ਬਿਆਨ ਲਿਖਾਇਆ, ਅੰਮ੍ਰਿਤਪਾਲ ਸਿੰਘ ਵਗੈਰਾ ਦੇ। ਇਹਦੇ ਕੋਲੋਂ 2,000 ਰੁਪਇਆ ਸੀ ਜੇਬ 'ਚ, ਅਤੇ ਨਾਲੇ ਇਹਦੇ 2 ਮੋਬਾਈਲ ਸੀ, ਉਹ ਵੀ ਰੱਖ ਲਏ ਗਏ ਉੱਥੇ ਨੇ, ਖੋਹ ਲਏ ਨੇ। ਅਜਨਾਲਾ ਪੁਲਿਸ ਅੰਮ੍ਰਿਤਪਾਲ ਦੇ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਅੰਮ੍ਰਿਤਪਾਲ ਨੇ ਇਸ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤਾ। ਅੱਜ ਸਵੇਰੇ ਅਜਨਾਲੇ ਦੀ ਪੁਲਿਸ ਨੇ ਸਾਡਾ ਇੱਕ ਸਿੰਘ ਜਿਹੜਾ ਗੁਰਦਾਸਪੁਰ ਤੋਂ ਸਾਡਾ ਜ਼ਿਲ੍ਹਾ ਜਥੇਬੰਦੀ ਦਾ ਸੇਵਾਦਾਰ ਵੀ ਹੈ, ਉਹਨੂੰ ਘਰੋਂ ਚੁੱਕਿਆ, ਨਾਲ ਇੱਕ ਹੋਰ ਸਿੰਘ ਉਹਨੂੰ ਚੁੱਕਿਆ, ਲਵਪ੍ਰੀਤ ਸਿੰਘ ਤੂਫਾਨ ਅਤੇ ਦੂਸਰਾ ਸਿੰਘ ਜਿਹੜਾ ਨੌਜਵਾਨ ਸੰਧੂ, ਉਹਨਾਂ ਦੋਨਾਂ ਨੂੰ ਘਰੋਂ ਚੁੱਕਿਆ। ਇਹ ਕਿਸੇ ਅਜਨਾਲੇ ਦੀ ਝੂਠਾ ਜਿਹੜਾ ਇਹਨਾਂ ਨੇ ਪਰਚਾ ਪਾਇਆ ਹੈ ਕਿਸੇ ਨੌਜਵਾਨ ਦੇ ਕਹਿਣ ਦਿੱਤੇ ਵੀ ਉਹਨੂੰ ਅਗਵਾਹ ਕੀਤਾ ਗਿਆ ਸੀ। ਪੁਲਿਸ ਨੂੰ ਅਸੀਂ ਬੜੀ ਵਾਰ ਇਹ ਕਹਿ ਚੁੱਕੇ ਹਾਂ ਵੀ ਅਸੀਂ ਕਿਸੇ ਤਰੀਕੇ ਦੇ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ, ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰੀਕੇ ਨਾਲ ਇਕੱਲਿਆਂ ਇਕੱਲਿਆਂ ਕਰਕੇ ਚੁੱਕਣਾ ਹੈ ਅਤੇ ਫਿਰ ਆਪਾਂ ਇੱਕ ਵਾਰੀ ਵੇਖ ਹੀ ਲਈਏ ਇਕੱਠੇ ਹੋ ਕੇ ਵੀ ਕੀ ਕਿਹੜੇ ਭਾਅ ਵੇਖਦੀ ਹੈ, ਕਿਉਂਕਿ ਭਾਈ ਦੇ ਅਨੁਮਾਨ ਇੱਕੋ ਜਿਹੇ ਹੁੰਦੇ ਆ। ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਇੱਥੇ ਬੈਠ ਕੇ ਗੁਰਮਤਾ ਕਰਾਂਗੇ, ਕਿਉਂਕਿ ਜਿਹੜੇ ਸਾਡੇ ਸਿੰਘ ਆ, ਜੇ ਪੁਲਿਸ ਤੁਰੰਤ ਇਹਨਾਂ ਨੂੰ ਰਿਹਾਅ ਨਹੀਂ ਕਰਦੀ ਤਾਂ ਫਿਰ ਵੱਡੇ ਪੱਧਰ 'ਤੇ ਐਕਸ਼ਨ ਅਸੀਂ ਕੋਈ ਨਾ ਕੋਈ ਲੀਕਾਂਗੇ ਪੰਜਾਬ ਦੇ ਵਿੱਚ। ਵਰਿੰਦਰ ਸਿੰਘ ਅਤੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਜਨਾਲਾ ਵਿਖੇ ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਵਿੱਚ 2 ਦਿਨਾਂ ਸਮਾਗਮ ਸਨ, ਜਿੱਥੇ ਵਰਿੰਦਰ ਸਿੰਘ ਪਹੁੰਚੇ ਸਨ। ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਜੋ ਵੀ ਹੋਇਆ ਗਲਤ ਹੋਇਆ, ਗੁਰਮਤਿ ਦੇ ਅਸੂਲਾਂ ਦੇ ਉਲਟ ਹੋਇਆ, ਜੋ ਉਹਨਾਂ ਨੇ ਕੀਤਾ ਗਲਤ ਕੀਤਾ, ਇਸ ਕਰਕੇ ਮੈਂ ਉਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਵੀ ਕਰਦਾ ਅਤੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਉਹ ਸਿੰਘ ਇਸ ਜਥੇ ਦੇ ਵਿਦਿਆਲੇ ਦਾ ਵਿਦਿਆਰਥੀ ਨੇ,
ਸ਼ਰਧਾਲੂ ਦੇ ਤੌਰ 'ਤੇ ਸਮਾਗਮ ਵਿੱਚ ਹਾਜ਼ਰੀ ਭਰਨ ਵਾਸਤੇ, ਸੇਵਾ ਕਰਨ ਵਾਸਤੇ ਆਇਆ ਸੀ। ਉਹਦੇ ਨਾਲ ਜਿਹੜੀ ਧੱਕਾ ਮੁੱਕੀ ਹੋਈ ਆ, ਕੁੱਟਮਾਰ ਕੀਤੀ ਆ, ਉਹਦੀ ਲੁੱਟ ਖੋਹ ਵੀ ਹੋਈ ਆ, ਇਹ ਬਹੁਤ ਮਾੜਾ ਹੋਇਆ। ਆਪਾਂ ਨੂੰ ਇਸ ਤਰੀਕੇ ਦੇ ਨਾਲ ਮਸਲੇ ਨੂੰ ਸੁਲਝਾਉਣਾ ਨਹੀਂ, ਆਪਾਂ ਹੋਰ ਉਲਝਾਇਆ। ਮੈਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ।